बरनाला दे विच वख-वख मजदूर संगठनों वालों अपनियां हक्की मंगां नूं लै के डिप्टी कमिश्नर दफ्तर दे बाहर रोस मुजाहरा कीता गया। इस मौके मजदूर आगुआं ने दस्सिया कि पूरे पंजाब दे विच मजदूर संगठनों वालों एका करके अपनियां हक्की मंगां लैण लई रोस मुजाहरे कीते जा रहे ने। इस दे चलदे ही बरनाला दे डिप्टी कमिश्नर दफ्तर अगे उन्हां वालों रोस धरना कीता गया। उन्हां कहा है कि उन्हां दी पहली मंग मजदूरां नूं झोने दी बिजाई दे इवज़ दे विच 6,000 रुपए प्रति एकड़ मजदूरी देने संबंधी है। तो इस बारे वो सरकार को बेनती करते हैं कि कोई हुक्म जारी किया जाए। अपनी दूसरी मंग बारे बोलदिया उन्होंने कहा कि बीते 4.5 महीनों तो मनरेगा का काम रुकिया होया है, जिस कारण मजदूरों दी मुश्किलां वधदियां जा रही ने। इसलिए इस दे विच भी काम मिलना चाहिए है। साडिया इस धरने के मुख्य मंगा जो है भी जिम्मे पंजाब के मजदूरों ने मांग की है प्रति किला 6,000 रुपया झोने की लवाई का रेट। असी जथेबंदियों वालों मांग करते हैं भी पंजाब सरकार तय करे झोने की लवाई का रेट 6,000 रुपया होना चाहिए और महंगाई के मुताबिक घट्टो घट 700 रुपया दिहाड़ी हो। और इस तो बिना जिहड़ी पंचायती जमीन आ पिंडां दे विच जिहदे विच तीजा हिस्सा मजदूरों का हुंदा है वो पंचायती जमीन का तीजा हिस्सा मजदूरों को दिती जाए ता जो साडियां मामा भैणां खेतों में जलील ना हो, वो थब्बी कखां के पिछे हैरान होंदियां ने। सो जमीन के आपका हो मतलब डंगर पशु पाल सकते हैं। इस तो अलावा जिहड़ियां बाकी मंगां ने जिस तरह लीले कार्ड नहीं बने जां जिहड़े मजदूरों के होर मतलब कि नरेगा के वर्गे मुद्दे ने उन्हां तमाम मुद्दों नूं लैके असीं अज्ज एक मंग पत्र देण लई आए हाँ। असीं अज्ज 3 जथे मजदूर जथेबंदियों वालों सांझे तौर पर ਜ਼ਿਲ੍ਹਾ ਦਫ਼ਤਰ ਬਰਨਾਲੇ ਦੇ ਹੈੱਡਕੁਆਟਰ 'ਤੇ ਰੋਸ ਰੈਲੀ ਕਰ ਰਹੇ ਹਾਂ, ਧਰਨਾ ਦੇ ਰਹੇ ਹਾਂ, ਕਿਉਂਕਿ ਨਰੇਗਾ ਦਾ ਕੰਮ 4.5 ਮਹੀਨੇ ਤੋਂ ਲੈ ਕੇ ਜ਼ਿਲ੍ਹੇ ਬਰਨਾਲੇ ਦੇ ਵਿੱਚ ਅਜੇ ਤੱਕ ਪੂਰੀ ਤਰ੍ਹਾਂ ਚੱਲਿਆ ਨਹੀਂ। ਮਹਿੰਗਾਈ ਨੂੰ ਮੁੱਖ ਰੱਖ ਕੇ ਮਜ਼ਦੂਰਾਂ ਦਾ ਜਿਹੜਾ ਜਿਉਣਾ ਬਹੁਤ ਔਖਾ ਹੋਇਆ ਪਿਆ ਗਾ, ਇਸ ਲਈ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਆ ਘੱਟੋ ਘੱਟ ਅਸੀਂ ਕਹਿੰਦੇ ਚਾਹੁੰਦੇ ਹਾਂ ਵੀ 700 ਰੁਪਏ ਦਿਹਾੜੀ ਹੋਵੇ, 6,000 ਰੁਪਇਆ ਝੋਨੇ ਦੀ ਲਵਾਈ ਹੋਵੇ। ਅਸੀਂ ਮਜ਼ਦੂਰ ਜਥੇਬੰਦੀਆਂ ਵੱਲੋਂ ਇਸ ਗੱਲ ਦੀ ਮੰਗ ਕਰਦੇ ਹਾਂ ਵੀ ਪੰਜਾਬ ਦੀ ਸਰਕਾਰ ਨੂੰ ਲੋਕਾਂ ਦੇ ਬੜੀਆਂ ਆਸਾਂ ਸੀਆਂ ਵੀ ਆਮ ਪਾਰਟੀ ਰਵਾਇਤੀ ਪਾਰਟੀਆਂ ਨੂੰ ਹਰਾ ਕੇ ਨਵੀਂ ਪਾਰਟੀ ਨੂੰ ਵੋਟਾਂ ਪਾਈਆਂ ਨੇ, ਪਰ ਸਰਕਾਰ ਨੇ ਮਜ਼ਦੂਰਾਂ ਪ੍ਰਤੀ ਅੱਜ ਤੱਕ ਕੋਈ ਮੂੰਹ ਨਹੀਂ ਖੋਲ੍ਹਿਆ। ਬਹੁਤ ਸਾਰੇ ਪਿੰਡਾਂ ਦੇ ਵਿੱਚ ਅਜੇ 2 ਰੁਪਏ ਕਿਲੋ ਵਾਲੀ ਕਣਕ ਨਹੀਂ ਮਿਲੀ, 4.5 ਮਹੀਨੇ ਹੋ ਗਏ। ਬਹੁਤ ਸਾਰੇ ਪਿੰਡਾਂ ਦੇ ਵਿੱਚ ਨਰੇਗਾ ਦਾ ਕੰਮ ਨਹੀਂ ਚੱਲਿਆ। ਗਰੀਬ ਲੋਕਾਂ ਨੂੰ ਹਾੜੀ ਦੇ ਵਿੱਚ ਜਿਹੜੀ ਪਿਛਲੇ ਸਮੇਂ ਦੇ ਵਿੱਚ 2,000 ਨੂੰ ਟਰਾਲੀ ਮਿਲਦੀ ਸੀ ਉਹ 4,500 4,000 ਨੂੰ ਦਿੱਤੀ ਗਈ ਆ। ਮਜ਼ਦੂਰ ਜਿਹੜਾ ਮਾੜਾ ਮੋਟਾ ਡੰਗਰ ਪਾਲ ਕੇ ਕਿਆ ਦਾ ਗੁਜ਼ਾਰਾ ਕਰਦੇ ਸੀ ਉਹ ਵੀ ਖਤਮ ਹੋ ਗਿਆ। ਅਸੀਂ ਡੀਸੀ ਦਫ਼ਤਰ ਬਰਨਾਲਾ ਵਿਖੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ, ਮੈਂ ਮਨਰੇਗਾ ਨਾਲ ਰਿਲੇਟਡ ਹੋਣ ਕਰਕੇ ਮਨਰੇਗਾ ਦੀ ਹੀ ਗੱਲ ਕਰੂੰਗੀ, ਕਿਉਂਕਿ ਪਿੰਡਾਂ ਦੇ ਵਿੱਚ ਚੱਲਣ ਵਾਲਾ ਮਨਰੇਗਾ ਦਾ ਜਿਹੜਾ ਕੰਮ ਹੈ ਨਾ ਮਾਤਰ ਹੀ ਮਿਲਦਾ, ਜਦੋਂ ਕਿ ਦਿਹਾੜੀ 282 ਰੁਪਈਏ ਆ, ਮਹਿੰਗਾਈ ਆ ਜਿਹੜੀ ਅਸਮਾਨ ਨੂੰ ਸੁੰਦੀ ਆ। ਅਸੀਂ ਚਾਹੁੰਦੇ ਹਾਂ, ਸਾਡੀ ਮੰਗ ਹੈ ਕਿ ਮਜ਼ਦੂਰਾਂ ਦੀ ਦਿਹਾੜੀ ਘੱਟੋ ਘੱਟ 700 ਰੁਪਇਆ ਮਹੀਨਾ ਕਰੋ ਅਤੇ ਪੂਰਾ ਸਾਲ ਕੰਮ ਦਿਓ। ਮਨਰੇਗਾ ਤਹਿਤ ਲੱਗਣ ਵਾਲੀ ਹਾਜ਼ਰੀ ਪਹਿਲਾਂ ਮਸਟਰਾਲ 'ਤੇ ਲੱਗਦੀ ਸੀ, ਜਿਹਦੇ ਵਿੱਚ ਕੋਈ ਖਾਸ ਦਿੱਕਤ ਨਹੀਂ ਸੀ ਆਉਂਦੀ। ਜਦੋਂ ਦੀ ਆਮ ਆਦਮੀ ਦੀ ਸਰਕਾਰ ਬਣੀ ਆ ਇਹਨਾਂ ਨੇ ਜਿਹੜੀ ਹਾਜ਼ਰੀ ਆ ਆਨਲਾਈਨ ਕਰਤੀ, ਜਿਹੜੀ ਫੋਨ 'ਤੇ ਲੱਗਦੀ ਆ, ਜਦੋਂ ਤੋਂ ਇਹ ਆਨਲਾਈਨ ਹਾਜ਼ਰੀ ਫੋਨ 'ਤੇ ਲੱਗਣ ਲੱਗੀ ਆ ਕਦੇ ਵੀ ਮੇਰੇ ਮਜ਼ਦੂਰਾਂ ਦੀ ਹਾਜ਼ਰੀ ਨਹੀਂ ਲੱਗੀ, ਜਿਸ ਨਾਲ ਇਹ ਮਜ਼ਦੂਰ ਜਮਾਤ ਦੀ ਲੁੱਟ ਹੈ। ਜਾਂ ਤਾਂ ਇਹ ਜਿਹੜਾ ਆਨਲਾਈਨ ਸਿਸਟਮ ਆ ਬਿਲਕੁਲ ਬੰਦ ਹੋਣਾ ਚਾਹੀਦਾ, ਜਾਂ ਜਿਹੜਾ ਡਿਸਟ੍ਰਿਕਟ ਵਾਈਜ਼ ਕਰ ਦੇਣਾ ਚਾਹੀਦਾ, ਕਿਉਂਕਿ ਜਿਹੜਾ ਪੰਜਾਬ ਇਹ ਸਾਈਡ ਆ ਜਿਹੜੀ ਇੰਨੀ ਜ਼ਿਆਦਾ ਬਿਜੀ ਹੋ ਜਾਂਦੀ ਆ, ਮੇਰੇ ਮਜ਼ਦੂਰਾਂ ਦੀ ਹਾਜ਼ਰੀ ਲੱਗਣ ਤੋਂ ਵਾਂਝੇ ਰਹਿ ਜਾਂਦੇ ਨੇ। ਮਜ਼ਦੂਰ ਕੰਮ ਕਰਦੇ ਨੇ ਪਰ ਉਹਨਾਂ ਦੀ ਹਾਜ਼ਰੀ ਨਹੀਂ ਪੈਂਦੀ, ਇਹ ਬਿਲਕੁਲ ਸਾਰੇ ਆ ਮਜ਼ਦੂਰ ਜਮਾਤ ਦੀ ਲੁੱਟ ਹੈ, ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਜਾਂ ਤਾਂ ਇਹਦੇ ਵਿੱਚ ਸੁਧਾਰ ਕਰਨ ਜਾਂ ਬਿਲਕੁਲ ਬੰਦ ਕਰਨ। ਮਜ਼ਦੂਰ ਆਗੂਆਂ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਇਹ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਵੱਲੋਂ ਟਿੱਕਾ ਸੰਘਰਸ਼ ਕੀਤਾ ਜਾਵੇਗਾ ਅਤੇ ਉਹ ਸਰਕਾਰ ਨੂੰ ਬੇਨਤੀ ਕਰਦੇ ਨੇ ਕਿ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ। ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ, ਜਗਬਾਣੀ TV।